ਸੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰੀਤ ਰਮਾਣਾ ਸੋ ਅੱਜ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਇੱਕ ਨਵਾਂ ਟੌਪਿਕ ਇੱਕ ਨਵਾਂ ਟਿਊਟੋਰੀਅਲ ਸੋ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਨਮਸਤੇ ਹੈ ਆਦਾਬ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੱਜ ਮੈਨੂੰ ਕਾਫੀ ਕਮੈਂਟਸ ਆ ਰਹੇ ਆ ਕਾਫੀ ਹਨਾ ਮੈਨੂੰ ਮੇਰੇ ਇੰਸਟਾਗ੍ਰam ਤੇ ਵੀ ਕਾਫੀ ਆ ਰਹੇ ਕਿ ਵੀਰੇ ਸੈਂਪਲ ਪੈਕ ਜਿਹੜੇ ਤੁਸੀਂ ਯੂਜ਼ ਕਰਦੇ ਹੋ ਹਨਾ ਕੁਝ ਕਿ ਸਾਨੂੰ ਦੱਸੋ ਵੀ ਉਹ ਕਿੱਥੋਂ ਮਿਲਣਗੇ ਕਿੱਦਾਂ ਡਾਊਨਲੋਡ ਹੋਣਗੇ ਪਹਿਲੀ ਗੱਲ ਤੇ ਵੀਰੇ ਮੈਂ ਕਲੀਅਰ ਕਰਦਾ ਮੈਂ ਮੋਸਟਲੀ ਪਰਚੇਸ ਯੂਜ਼ ਕਰਦਾ ਜਿਹੜੇ ਮੇਰੇ ਕੋਲ ਪੇਡ ਸੈਂਪਲ ਹਨਾ ਮੈਂ ਸਾਈਟਾਂ ਯੂਜ਼ ਕਰਦਾ ਦੋ ਤਿੰਨ ਠੀਕ ਹੈ ਉਹਨਾਂ ਤੋਂ ਪੇਡ ਹੈ ਕੁਝ ਕੁ ਮੇਰੀ ਲਾਇਬ੍ਰੇਰੀ ਪ੍ਰੋਪਰਲੀ ਪੇਡ ਲਈ ਹੋਈ ਆ ਟੋਟਲੀ ਮਤਲਬ ਵੀ ਮੇਰੇ ਕੋਲ ਸਭ ਕੁਝ ਪੇਡ ਯੂਜ਼ ਕਰਦਾ ਮੈਂ ਮੋਸਟਲੀ ਤੇ ਫ੍ਰੀ ਵਾਲੇ ਵੀ ਹੈਗੇ ਕੁਝਕ ਜਿੱਥੋਂ ਮੈਂ ਫ੍ਰੀ ਵੀ ਚਾਹਦਾ ਮੋਸਟਲੀ ਕਈ ਕੀ ਵਾਰ ਕੀ ਹੁੰਦਾਗਾ ਜਿਵੇਂ ਮੈਂ ਪਹਿਲਾਂ ਕਰਦਾ ਹੁੰਦਾ ਸੀ ਲੂਪਸ ਜਦੋਂ ਮੈਂ ਪੇਡ ਨਹੀਂ ਖਰੀਦ ਬਾ ਬੰਦਾ ਸੀਗਾ ਜਾਂ ਉਹਨੇ ਪੈਸੇ ਨਹੀਂ ਹੁੰਦੇ ਸੀ ਉਸ ਟਾਈਮ ਮੈਂ ਵੀ ਤੁਹਾਡੇ ਵਰਗਾ ਸਟruggਲਰ ਹੀ ਸੀਗਾ ਹਨਾ ਸੋ ਉਹਨਾਂ ਲਈ ਹੈ ਇਹ ਵੀਡੀਓ ਤੇ ਉਦਾਂ ਮੈਂ ਵੀ ਉਦੋਂ ਕਰਦਾ ਰਿਆਂਗਾ ਵੀ ਲੂਪ ਸੀ ਯੂਜ਼ ਕਰਦਾ ਰਹਾ ਡਾਊਨਲੋਡ ਕਰ ਕਰਕੇ ਸੋ ਅੱਜ ਮੈਂ ਉਹਦੇ ਬਾਰੇ ਹੀ ਦੱਸੂਗਾ ਕਈ ਵੀਰਾਂ ਨੂੰ ਤਾਂ ਪਤਾ ਹੋਊਗਾ ਜਿਹੜੀਆਂ ਮੈਂ ਸਾਈਟਾਂ ਦੱਸੂਗਾ ਠੀਕ ਹੈ ਹੁਣ ਕਈਆਂ ਕਈ ਭਰਾਵਾਂ ਨੂੰ ਪਤਾ ਨਹੀਂ ਹੈਗੀਆਂ ਹਨਾ ਸੋ ਉਹਨਾਂ ਲਈ ਇਹ ਵੀਡੀਓ ਤੇ ਜਿਨ੍ਹਾਂ ਨੂੰ ਪਤਾ ਉਹ ਤਾਂ ਵੀਰੇ ਵੈਲਨ ਗੋਡੀ ਆ ਉਹਨਾਂ ਨੂੰ ਤਾਂ ਪਤਾ ਹੀ ਆ ਸੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸੂਗਾ ਉਹਨਾਂ ਨੂੰ ਡਾਊਨਲੋਡ ਕਰਕੇ ਦਿਖਾਉਂਗਾ ਕਿੱਦਾਂ ਹੁੰਦਾ ਤੇ ਕਿੱਦਾਂ ਸਾਰਾ ਕੁਝ ਹੁੰਦਾ ਉਹ ਮੈਂ ਸਾਰਾ ਜਿਦਾਂ ਦੱਸੂਗਾ ਤੇ ਵੀਡੀਓ ਨੂੰ ਤੁਸੀਂ ਸਾਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਵੀਰੇ ਸ਼ੇਅਰ ਕਰ ਦਿਓ ਤੇ ਨਵੀਂ ਨਵੀਂ ਵੀਡੀਓ ਮੈਂ ਹੋਰ ਲੈ ਕੇ ਆਉਂਗਾ ਤੇ ਮੈਨੂੰ ਇੰਸਟਾਗ੍ਰam ਤੇ ਫੋਲੋ ਕਰੋ ਮੇਰੀ ਇੰਸਟਾਗ੍ਰam ਆਈਡੀ ਹੈ ਪ੍ਰੀਤ ਰਮਾਣਾ ਪੀ ਆਰ ਪੀ ਸਨੈਪਚੈਟ ਹੈ ਪੀ ਰਮਾਣਾ 78 ਸੋ ਫੇਸਬੁਕ ਵੀ ਸੇਮ ਹੀ ਆ ਪ੍ਰੀਤ ਰਮਾਣਾ ਪੀ ਆਰ ਪੀ ਸੋ ਉਹਨਾਂ ਦੇ ਮੈਨੂੰ ਫੋਲੋ ਕਰੋ ਮੈਨੂੰ ਡੀਐਮ ਕਰੋ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਦਿੱਕਤ ਆਉਂਦੀ ਕਿਸੇ ਵੀ ਕਿਸਮ ਦਾ ਤੁਹਾਨੂੰ ਕੋਈ ਵੀ ਥੋੜੇ ਟਰੈਕ 'ਚ ਤੁਹਾਨੂੰ ਦਿੱਕਤ ਆ ਰਹੀ ਹੈ ਸੋ ਮੈਨੂੰ ਡੀਐਮ ਕਰੋ ਮੈਂ ਉਧਰ ਸੋਲੂਸ਼ਨ ਜੇ ਮੈਨੂੰ ਪਤਾ ਹੋਇਆ ਤਾਂ ਮੈਂ ਦੱਸੂਗਾ ਕਿਉਂਕਿ ਮੈਂ ਖੁਦ ਐਡਾ ਪ੍ਰੋਫੈਸ਼ਨਲ ਹੀ ਨਹੀਂ ਹੈਗਾ ਆਪਾਂ ਐਵੇਂ ਮਤਲਬ ਠੀਕ ਹੈ ਜਿੰਨਾ ਕਿ ਮੈਨੂੰ ਆਉਂਦਾ ਮੈਂ ਸਿਖਾ ਦਿੰਨਾ ਉਹਨਾਂ ਨੂੰ ਕਹ ਦੱਸ ਦਿੰਨਾ ਆਪਾਂ ਇੰਨੇ ਕਿ ਤਾਂ ਹੈਗੇ ਵੀ ਜਿੰਨਾ ਕਿ ਮੈਨੂੰ ਆਉਂਦਾ ਉਹਨਾਂ ਨੂੰ ਕ ਮੈਂ ਦੱਸ ਦਿੰਨਾ ਸੋ ਸਟਾਰਟ ਕਰਦੇ ਆਪਾਂ ਤੇ ਚੱਲਦੇ ਆਪਾਂ ਸਾਈਟ ਵੱਲ ਪਹਿਲੀ ਸਾਈਟ ਕਿਹੜੀ ਆ ਆਪਾਂ ਉਹਦਾ Chrome ਖੋਲਣਾ ਇਹ UC ਬ੍ਰਾਊਜ਼ UC ਬ੍ਰਾਊਜ਼ਰ ਹੈ ਮੇਰੇ ਕੋਲ UC ਹੈ ਕਿ Chrome ਹੈ ਤੇ Google Chrome ਹੈ ਆਪਣੇ ਕੋਲ ਜਲ ਜਾ ਸਿੰਮ ਸਿੰ ਸੋ ਖੋਲ ਲਿਆ ਸੋ ਸਭ ਤੋਂ ਪਹਿਲਾਂ ਆਪਾਂ ਜਾਣਾਗਾ Google Google ਖੋਲਣਾ ਆਪਾਂ Google ਤੇ ਗਏ ਹੁਣ ਇਹਦੇ ਤੇ ਸਾਰਿਆਂ ਤੋਂ ਪਹਿਲਾਂ ਕੀ ਕਰਨਾ ਆਪਾਂ ਨੂੰ ਬੇਸਿਕਲੀ ਸਰਚ ਕਰਨਾ ਤੁਸੀਂ ਆਰ ਲੂਪਸ ਆਰ ਲੂਪਸ ਸਰਚ ਕਰਨਾ ਕਈਆਂ ਵੀਰਾਂ ਨੂੰ ਪਤਾ ਹੋਊਗਾ ਹੁਣ ਕਈਆਂ ਨੂੰ ਨਹੀਂ ਪਤਾ ਹੈਗਾ ਸੈਂਪਲਸ ਸੋ ਇਹਦੇ ਚ ਕੀ ਆ ਤੁਹਾਨੂੰ ਫ੍ਰੀ ਕੰਸਟਰਕਸ਼ਨ ਕਿਟਸ ਮਿਲਣਗੀਆਂ ਇੱਕ ਕਿਟ ਪ੍ਰੋਪਰਲੀ ਬਣੀ ਹੋਊਗੀ ਜਿੱਚ ਤੁਹਾਨੂੰ ਕਿੱਕ ਅਲੱਗ ਸਨੇਰ ਅਲੱਗ ਉਹਦੀ ਬੇਸ ਲਾਈਨ ਅਲੱਗ ਉਹਦੀ ਕਾਰਡਸ ਅਲੱਗ ਆਰਪ ਅਲੱਗ ਉਹਦੀ ਲੀਡ ਅਲੱਗ ਮਤਲਬ ਟੋਟਲੀ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਹੋਣਗੀਆਂ ਅਲੱਗ ਹੋਊਗਾ ਸਾਰਾ ਕੁਝ ਉਹ ਤੁਹਾਨੂੰ ਚੀਜ਼ਾਂ ਮਿਲਣਗੀਆਂ ਠੀਕ ਹੈ ਉਹ ਮੈਂ ਤੁਹਾਨੂੰ ਦੱਸਦਾ ਤੁਸੀਂ ਸਭ ਤੋਂ ਪਹਿਲਾਂ ਵਾਲੀ ਕਲਿੱਕ ਕਰਨਾ ਸੋ ਤੁਹਾਡੇ ਕੋਲ ਆ ਇੰਟਰਫੇਸ ਆ ਜਾਊਗਾ ਹੁਣ ਇਹਦੇ ਚ ਕੀ ਹੈ ਇਹਦੇ ਚ ਪੇਡ ਸੈਂਪਲ ਵੀ ਹੈ ਤੁਸੀਂ ਖਰੀਦ ਵੀ ਸਕਦੇ ਹੋ ਤੇ ਫ੍ਰੀ ਵੀ ਹੈ ਕੁਝ ਹਨਾ ਸੋ ਆਪਾਂ ਫ੍ਰੀ ਤੇ ਕਲਿੱਕ ਕਰਾਂਗੇ ਸੋ ਆਪਣ ਕੋਲ ਇੱਕ ਹੋਰ ਮਤਲਬ ਪੇਜ ਓਪਨ ਹੋ ਚੁੱਕਿਆ ਇਹ ਚ ਲਿਖਿਆ ਦੇਖੋ ਫ੍ਰੀ 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 ਡਾਊਨਲੋਡ ਫ੍ਰੀ ਠੀਕ ਆ ਹੁਣ ਆਪਾਂ ਕੋਈ ਵੀ ਇੱਕ ਚੱਕ ਲੈਨੇ ਆ ਲਾਈਕ ਦਿਸ ਪਹਿਲਾਂ ਆਪ ਇਹਨੂੰ ਸੁਣਨਾ ਆਪ ਸੁਣ ਲੈਨੇ ਆ ਕੀ ਚੀਜ਼ ਆ ਬੇਸਿਕਲੀ ਰੈਪ Song ਲਈ ਜਾਂ trap song ਲਈ ਬਹੁਤ ਘੈਂਟ ਹੈ ਠੀਕ ਹੈ ਇਹ ਚੀਜ਼ਾਂ ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਨਾ ਤੇ ਲਿਖਿਆ ਹੋਇਆ ਫ੍ਰੀ ਫ੍ਰੀ ਡਾਊਨਲੋਡ ਫ੍ਰੀ ਫ੍ਰੀ ਡਾਊਨਲੋਡ ਕਾਫੀ ਸੈਂਪਲਸ ਪੈਕ ਹੈ ਕਾਫੀ ਕੰਸਟਰਕਸ਼ਨ ਕਿਟਸ ਨੇ ਜਿਹੜੀਆਂ ਫ੍ਰੀ ਦਿੱਤੀਆਂ ਹੋਈਆਂ ਉਹਨਾਂ ਵਿੱਚ ਇੱਕ ਲਾਈਕ ਜੇ ਆਪਾਂ ਹੀ ਆਹੀ ਡਾਊਨਲੋਡ ਕਰਦੇ ਆਂ ਇਹਨੂੰ ਆਪਾਂ ਡਾਊਨਲੋਡ ਕਰਨਾ ਤੁਹਾਡੀ Gmail ID ਤੇ ਇਹਦਾ ਲਿੰਕ ਆਊਗਾ ਇੱਥੇ Gmail ID ਫਿਲ ਕਰ ਦੇਣੀ ਮੇਰੀ ਹੈਗੀ ਆ ਪ੍ਰੀਤ ਰਮਾਣਾ P R P @gmail ਪ੍ਰੀਤ ਰਮਾਣਾ prp@gmail.com ਸੈਂਡ ਸੋ ਮੇਰੀ ਰੈਡੀ ਟੂ ਡਾਊਨਲੋਡ ਸੋ ਮੇਰੀ gmail ID ਤੇ ਜਾ ਚੁੱਕਿਆ ਲਿੰਕ ਮੈਂ ਤੁਹਾਨੂੰ ਖੋਲ ਕੇ ਦਿਖਾਣਾ ਹੈ ਸੋ ਤੁਸੀਂ ਦੇਖੋਗੇ ਕਿ ਮੇਰੀ Gmail ID ਤੇ ਆ ਚੁੱਕਿਆ ਲਿੰਕ ਥਿਸ ਵਨ ਸੋ ਆ ਚ ਆ ਚੁੱਕਿਆ ਲਿੰਕ ਮੇਰੀ Gmail ID ਤੇ ਇੱਥੋਂ ਆਪਾਂ ਡਾਊਨਲੋਡ ਕਰਾਂਗੇ ਸਿੱਧਾ ਇਹ ਨੂੰ ਕੈਨਸਲ ਕਰ ਦੇ ਸੋ ਥੋੜਾ ਟਾਈਮ ਲਊਗਾ ਹਲਕਾ ਜਾ ਸੋ ਦੇਖ ਰਹੇ ਹੋ ਤੁਸੀਂ ਥੱਲੇ ਡਾਊਨਲੋਡਿੰਗ ਹੋਣੀ ਸਟਾਰਟ ਹੋ ਚੁੱਕੀ ਆ ਹੁਣ ਇਹ ਸੈਂਪਲ ਪੈਕ ਕੀ ਆ ਪ੍ਰੋਪਰਲੀ ਕੰਸਟਰਕਸ਼ਨ ਕਿਟ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਸਾਰਾ ਕੁਝ ਇਚ ਕੀ ਕੁਛ ਆ ਕੀ ਕੁਝ ਨਹੀਂ ਸਾਰਾ ਕੁਝ ਦਿਖਾਉਂਗਾ ਇਹ ਹੈਗਾ 34 34MB ਦਾ 34MB ਦਾ ਗੇਰਾ ਐਸੇ ਤਰ੍ਹਾਂ ਇੱਥੇ ਬਹੁਤ ਹੈ ਤੁਸੀਂ ਆਹ ਸਾਰੇ ਫ੍ਰੀ ਡਾਊਨਲੋਡ ਫ੍ਰੀ ਡਾਊਨਲੋਡ ਕਰ ਸਕਦੇ ਹੋ ਜਿੰਨੇ ਵੀ ਆ ਹੁਣ ਇਹ ਚ ਡਿਫਰੈਂਟ ਡਿਫਰੈਂਟ ਸਾਊਂਡਸ ਹੈ ਸਾਰਿਆਂ ਚ ਡਿਫਰੈਂਟ ਡਿਫਰੈਂਟ ਸਾਊਂਡ ਹੈ ਜੋ ਕਿ ਤੁਹਾਡੇ ਗਾਣੇ ਨੂੰ ਇੱਕ ਰਿਚਨੈਸ ਦਿੰਦੇ ਆ ਗਾਣੇ ਨੂੰ ਰਿਚ ਰਿਚ ਆਲਰੇਡੀ ਗਾਣਾ ਰਿਚ ਬਣਾਦਾ ਇਹ ਸੈਂਪਲ ਯੂਜ਼ ਕਰਨ ਨਾਲ ਮੈਂ ਜਦੋਂ ਕਰਦਾ ਹੁੰਦਾ ਹੀ ਪਹਿਲਾਂ ਇਮਾ ਯੂਜ਼ ਕਰ ਦਿੰਦਾ ਹਾਂ ਜੀ ਆਰ ਲੂਪਸ ਦੇ ਵੀ ਲੂਪਸ ਹਨਾ ਹੋਰ ਵੀ ਇੱਕ ਦੋ ਸਾਈਟਾਂ ਤੇ ਗਾਣੇ 'ਚ ਇਹਨਾਂ ਨਾਲ ਹੀ ਲੂਪਸ ਨਾਲ ਹੀ ਜ਼ਿਆਦਾ ਰਿਚਨੈਸ ਆਉਂਦੀ ਹੈ ਹਮੇਸ਼ਾ ਜਦੋਂ ਤੁਸੀਂ ਹੱਥ ਨਾਲ ਬਣਾਉਣੇ ਹੋ ਨਾ ਹੱਥ ਨਾਲ ਉਦਾਂ ਦਾ ਨਹੀਂ ਬਣਦਾ ਉਨੀ ਰਿਚਨੈਸ ਨਹੀਂ ਆਉਂਦੀ ਗਾਣੇ 'ਚ ਤੁਹਾਨੂੰ ਮੈਂ ਦਿਖਾਉਣਾ ਹੈ ਹੀ ਡਾਊਨਲੋਡ ਹੋ ਲੈੰਦੋ ਸੋ ਫਾਈਨਲੀ ਡਾਊਨਲੋਡ ਹੋ ਚੁੱਕਿਆ ਹੈ ਨਾ ਹੁਣ ਆਪਾਂ ਇਹਨੂੰ ਸ਼ੋਅ ਕਰਾਂਗੇ ਫੋਲਡਰ ਚ ਇਹਨੂੰ ਆਪਾਂ ਕੱਟ ਕਰ ਲਿਆ ਇੱਥੇ ਚਲੋ ਇੱਕ ਫੋਲਡਰ ਚ ਇੱਥੇ ਆਪਾਂ ਇਹਨੂੰ ਕਰ ਦਿੰਨੇ ਹਾਂ ਨਿਊ ਫੋਲਡਰ ਚ ਪੇਸਟ ਤੈਨੂੰ ਕਰਨਾ ਐਕਸਟੈਂਡ ਹੇਅਰ ਸੋ ਆਪਨ ਗੁਰ ਖੁੱਲਿਆ ਆਹਾ ਸੋ ਇਹਦੇ ਚ ਕੀ ਹੈ ਇਹ ਚ ਕੱਲੇ ਸੈਂਪਲ ਹੈ ਇੱਕ ਇੱਕ ਲੂਪ ਹੈ ਇਹਦੇ ਚ ਲਾਈਕ ਇਹ ਜੇ ਇੱਕ ਕੱਲੀ ਕੰਸਟਰਕਸ਼ਨ ਕਿਟ ਆ ਤਾਂ ਹੀ ਇਹ ਘੱਟ ਐਮਬੀ ਦਾ ਸੀਗਾ ਥੋੜਾ ਹੁਣ ਇਹ ਚ ਆਪਾਂ ਕੱਲੀ-ਕੱਲੀ ਸੁਣ ਸਕਦੇ ਆ ਤਾਂ ਥੋੜਾ-ਥੋੜਾ ਸੁਣਾਉਣਾ ਹੈ ਇਹ ਨਾ ਨੰਦਾ ਟ੍ਰਿਮਿਲੀ ਚੌੜੀ ਬਿੱਲੋ ਰੈਪ Song ਲਈ ਹਨਾ ਲਾਈਕ ਰੈਪ ਰੈਪਰ ਟਾਈਪ ਜਿਹੜੇ ਰੈਪਰ ਮੁੰਡੇ ਆ ਮੈਨੂੰ ਕਮੈਂਟ ਕੀਤਾ ਸੀ ਇੱਕ ਮੁੰਡੇ ਨੇ ਕਿ ਵੀਰੇ ਰੈਪ ਰੈਪ ਲਈ ਸੈਂਪਲ ਦੱਸੋ ਠੀਕ ਹੈ ਹੁਣ ਇਸੇ ਸਕੇਲ ਦਾ ਜੀ ਮਾਈਨਰ ਦਾ ਆਈ ਥਿੰਕ ਸਾਰੀ ਸੇਮ ਕਿਟ ਟੈਗ ਕੋ ਗਿੱਟਾ ਹੀ ਯੂ نو ਆਪਾਂ ਧਰ ਕੇ ਦੇਖਦੇ ਆ ਆਹ ਦੇਖ ਲਓ ਤੁਸੀਂ ਆਹ ਲੱਗ ਗਿਆ ਇਹਦੇ ਨਾਲ ਉਹ ਚ ਲੂਪਸ ਅਲੱਗ-ਅਲੱਗ ਆ ਬ੍ਰੋ ਕੰਸਟਰਕਸ਼ਨ ਕਿਟ ਨਹੀਂ ਆ ਇਹ ਪਰ ਉਹ ਚ ਕੰਸਟਰਕਸ਼ਨ ਕਿਟਾਂ ਵੀ ਪਈਆਂ ਹੋਈਆਂ ਇਹ ਕੱਲੇ-ਕੱਲੇ ਸੈਂਪਲ ਆ ਸੋ ਠੀਕ ਹੈ ਤੇ ਇਸੇ ਤਰ੍ਹਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਦਾ ਕਿ ਫ੍ਰੀ ਜਿਹੜੀ ਹੈਗੀ ਆ ਇਹਦੇ ਵਿੱਚ ਕੰਸਟਰਕਸ਼ਨ ਕਿਟ ਹੋ ਸਕਦੀਆਂ ਇਹਦੇ ਵਿੱਚ ਹੋ ਸਕਦੀਆਂ ਸੋ ਅਲੱਗ-ਅਲੱਗ ਚੀਜ਼ਾਂ ਆ ਲਿਖਿਆ ਪ੍ਰਾਈਜ਼ ਲਿਖਿਆ ਨਾ ਦਾ ਇਨਸਾਈਡ ਮਤਲਬ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਬ੍ਰੋ ਇਹ ਫ੍ਰੀ ਸਾਈਟ ਤੁਹਾਨੂੰ ਮੈਂ ਦੱਸਤੀ ਆ ਹੁਣ ਆਪਾਂ ਚੱਲਦੇ ਆ ਨੈਕਸਟ ਜਿਹੜੀ ਹੈਗੀ ਸਾਈਟ ਉਹ ਬਹੁਤ ਕੈਂਟ ਸਾਈਟ ਆ ਜਿਹੜੀ ਮੋਸਟਲੀ ਜ਼ਿਆਦਾਤਰ ਪ੍ਰੋਡਿਊਸਰ ਯੂਜ਼ ਕਰਦੇ ਆ ਤੇ ਜਿਹੜੇ ਦੇਖ ਰਹੇ ਹੋ ਨੇ ਵੀਡੀਓ ਮੇਰੇ ਭਰਾ ਵੀ ਬਹੁਤ ਯੂਜ਼ ਕਰਦੇ ਹੋਣੇ ਉਹ ਕਾਫੀ ਹੱਦ ਤੱਕ ਤੇ ਉਹ ਸਾਈਟ ਹੈ ਲੂਪਰਮੈਨ ਲੂਪਰਮੈਨ ਸਾਈਟ ਦਾ ਨਾਮ ਹੈ ਠੀਕ ਹੈ ਉਹਦੇ ਤੇ ਬਹੁਤ ਸੋਹਣੇ ਸੈਂਪਲਸ ਪਏ ਹੋਏ ਲੂਪਰਮੈਨ ਤੁਸੀਂ ਸਰਚ ਕਰਨਾ ਹੈ ਲੂਪਰਮੈਨ ਸੋ ਇਹਦੇ ਤੇ ਪਹਿਲਾਂ ਕੀ ਕਰਨਾ ਤੁਸੀਂ ਅਕਾਊਂਟ ਬਣਾ ਲੈਣਾ ਅਕਾਊਂਟ ਰਜਿਸਟਰ ਕਰ ਲੈਣਾ ਉੱਤੇ ਰਜਿਸਟਰ ਦੀ অপਸ਼ਨ ਹੈ ਤੁਸੀਂ ਰਜਿਸਟਰ ਕਰਨਾ ਮੇਰਾ ਆਲਰੇਡੀ ਬਣਿਆ ਹੋਇਆ ਠੀਕ ਹੈ ਆ ਤੁਸੀਂ ਫਿਲ ਕਰਕੇ ਸਾਰਾ ਕੁਝ ਬਸ ਨਾਰਮਲੀ ਰਜਿਸਟਰ ਹੈ ਨਾ ਫ੍ਰੀ ਫ੍ਰੀ ਹੈ ਦੀ ਰਜਿਸਟ੍ਰੇਸ਼ਨ ਮੇਰਾ ਲੌਗਇਨ ਆਲਰੇਡੀ ਹੈਗਾ ਮੈਂ ਲੌਗਇਨ ਕਰਦਾ ਸਭ ਕੁਝ ਫਿਲ ਕੀਤਾ ਹੋਇਆ ਹੈ ਮੇਰਾ ਸੋ ਇੱਦਾਂ ਆ ਜੂਗਾ ਮਾਈ ਪ੍ਰੋਫਾਈਲ ਆ ਜਾਂਦਾ ਮਾਈ ਪ੍ਰੋਫਾਈਲ ਆ ਜੂਗਾ ਤੇ ਤੁਸੀਂ ਲੂਪਸ ਐਂਡ ਸੈਂਪਲਸ ਜਾਣਾ ਹੁਣ ਇੱਥੇ ਤੁਸੀਂ ਕੀ ਕਰਨਾ ਕੋਈ ਵੀ ਤੁਹਾਨੂੰ ਕਿਸੇ ਵੀ ਕਿਸਮ ਦਾ ਜਨਰ ਚਾਹੀਦਾ ਕਿਸੇ ਵੀ ਕਿਸਮ ਦੀ ਲੂਪ ਚਾਹੀਦੀ ਹੈ ਇੱਥੇ ਲਿਖੇ ਹੋਇਆ ਜਨਰ ਲਾਈਕ ਥਿਸ ਟਰੈਪ ਪਿਆਨੋ ਗਿਟਾਰ ਬੇਸ ਡਰਮ ਡਰਮਸ ਵੋਕਲ ਡਰਾਪਸ ਕਿਕ ਮੈਲੋਡੀਜ਼ ਜੋ ਵੀ ਚਾਹੀਦਾ ਤੁਹਾਨੂੰ ਕਿਸੇ ਵੀ ਕਿਸਮ ਦਾ ਅਰੇਬਿਕ ਅਰੇਬਿਕ ਲਿਖਿਆ ਹੋਇਆ ਪਲਕ ਲਿਖਿਆ ਹੋਇਆ ਠੀਕ ਹੈ ਜਿੱਦਾਂ ਦਾ ਵੀ ਸ਼ੇਕ ਸਕੈਰੀ ਕੁਝ ਵੀ ਚਾਹੀਦਾ ਤੁਹਾਨੂੰ ਹਰੇਕ ਸੈਂਪਲ ਇਹਦੇ ਪ੍ਰੋਵਾਈਡ ਹੋਗਾ ਤੁਸੀਂ ਸਰਚ ਕਰਨਾ ਹੈ ਸਿੰਪਲੀ ਮੈਂ ਤੁਹਾਨੂੰ ਸੁਣਾ ਵੀ ਦਿਨਾ ਕੁਸ਼ਕ ਕਿ ਹਰੇਕ ਚੀਜ਼ ਹਰੇਕ ਚੀਜ਼ ਪ੍ਰੋਵਾਈਡ ਹੈ ਤੇ ਹਰੇਕ ਚੀਜ਼ ਮੈਂ ਤੁਹਾਨੂੰ ਮੈਂ ਡਾਊਨਲੋਡਿੰਗ ਦਾ ਦੱਸਦਾ ਹਾਂ ਡਾਊਨਲੋਡ ਕਿੱਦਾਂ ਹੁੰਦਾ ਹੈ ਇੱਥੋਂ ਤੁਸੀਂ ਕਿੱਦਾਂ ਕੀ ਕਰਨਾ ਵੋਕਲਸ ਲਾਈਕ ਜੇ ਆਪਾਂ ਨੂੰ ਕੋਲੀਆਂ ਵੋਕਲਸ ਚਾਹੀਦੀਆਂ ਆਪਾਂ ਵੋਕਲ ਤੇ ਕਲਿੱਕ ਕਰ ਦਾਂਗੇ ਹੁਣ ਇਹ ਤੇ ਵੋਕਲਸ ਆ ਜਾਣਗੀਆਂ ਚੌਪਸ ਵੋਕਲ ਸੋ ਠੀਕ ਹੈ ਇਹ ਆਪਾਂ ਵੋਕਲ ਡਾਊਨਲੋਡ ਕਰਾਂਗੇ ਸਿੱਧਾ ਡਾਊਨਲੋਡ ਇਹਦੇ ਥੱਲੇ ਡਾਊਨਲੋਡ ਦੀ ਆਪਸ਼ਨ ਹੈ ਡਾਊਨਲੋਡ ਤੇ ਕਲਿੱਕ ਕਰਾਂਗੇ ਫਿਰ ਇੱਥੇ ਸਿੰਪਲ ਡਾਊਨਲੋਡ ਕਰਾਂਗੇ ਸੋ ਆਪਣੇ ਰਾਈਟ ਸਾਈਡ ਇੱਧਰ ਨੀਚੇ ਡਾਊਨਲੋਡ ਹੋ ਚੁੱਕਿਆ ਹੈ ਉਹ ਆਪਣੀ ਲੂਪ ਡਾਊਨਲੋਡ ਹੋ ਚੁੱਕੀ ਹੈ ਜਿਹੜੀ ਵੀ ਆਪਾਂ ਨੂੰ ਚਾਹੀਦੀ ਆਪਾਂ ਸਰਚ ਕਰਨੀ ਹੈ ਜਸਟ ਸੋ ਇਚ ਡਾਊਨਲੋਡ ਹੋ ਜਾਣੀ ਹੈ ਹਨਾ ਸੋ ਇਹ ਚੀਜ਼ ਇਜ਼ੀ ਆ ਜਿਨ੍ਹਾਂ ਨੂੰ ਵਧੀਆ ਇੱਕ ਸੈਂਪਲਸ ਚਾਹੀਦੇ ਜਿਨ੍ਹਾਂ ਨੂੰ ਨੌਲੇਜ ਪਤਾ ਨਹੀਂ ਸੀਗਾ ਇਹ ਚੀਜ਼ ਬਾਰੇ ਸੋ ਮੈਂ ਦੱਸਤਾ ਬ੍ਰੋ ਉਹਨਾਂ ਨੂੰ ਕਿ ਕਿਹੜੀ ਸਾਈਟ ਹੈ ਕਿਹੜੀ ਤੇ ਤੁਸੀਂ ਫ੍ਰੀ ਕਿਉਂਕਿ ਮੇਰੀ ਆਤਾ ਬਰੋ ਮੈਂ ਲੁਕੋਂਦਾ ਨਹੀਂਗਾ ਪ੍ਰਮਾਤਮਾ ਨੇ ਹਰੇਕ ਹਰੇਕ ਬੰਦੇ ਨੂੰ ਪ੍ਰਮਾਤਮਾ ਨੇ ਦੇਣਾ ਤੁਹਾਡਾ ਖੁਦ ਦਾ ਟੈਲੈਂਟ ਆ ਤੁਸੀਂ ਯੂਜ਼ ਕਰਨੀ ਹੋਣੀ ਚਾਹੀਦੀ ਏ ਤੁਹਾਨੂੰ ਚੀਜ਼ ਤੁਹਾਡੇ ਕੋਲ ਜੇ ਬੰਦੇ ਨੂੰ ਯੂਜ਼ ਹੀ ਨਹੀਂ ਕਰਨੀ ਹੁੰਦੀ ਤਾਂ ਉਹਨੂੰ ਜਿੱਡਾ ਮਰਜੀ ਵੱਡਾ ਸੈਂਪਲ ਦੇ ਦੋ ਉਹ ਕਦੇ ਵੀ ਉਹ ਚੀਜ਼ ਨੂੰ ਯੂਜ਼ ਨਹੀਂ ਕਰ ਸਕਦਾ ਹਨ ਸੋ ਸਿੰਪਲ ਜੀ ਗੱਲ ਆ ਸੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਕਿਸੇ ਵੀ ਟਾਪਿਕ ਤੇ ਜੇ ਤੁਹਾਨੂੰ ਹੋਰ ਵੀਡੀਓ ਚਾਹੀਦੀ ਹੋਈ ਹਨਾ ਸੈਂਪਲ ਪੈਕਸ ਤੇ ਮੈਨੂੰ ਕਾਫੀ ਸੀਗੇ ਕਮੈਂਟ ਆਏ ਤੇ ਇੰਸਟਾਗ੍ਰਾਮ ਤੇ ਹਨਾ ਵੀ ਵੀਰੇ ਦੱਸੋ ਕੁਝ ਦੱਸੋ ਤਾਂ ਹੀ ਮੈਂ ਤੇ ਸਪੈਸ਼ਲੀ ਬਣਾਈਏ ਵੀਰੇ ਤੇ ਅਗਲੀ ਵਾਰ ਆਪਾਂ ਕੋਈ ਹੋਰ ਟਾਪਿਕ ਚੱਕਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਕਿਹੜਾ ਟਾਪਿਕ ਚਾਹੀਦਾ ਮੈਂ ਉਸੇ ਟਾਪਿਕ ਤੇ ਹੀ ਵੀਡੀਓ ਲੈ ਕੇ ਆਉਂਗਾ ਠੀਕ ਹੈ ਇੱਕ ਵੋਕਲ ਪ੍ਰੋਸੈਸਿੰਗ ਤੇ ਬਹੁਤ ਆ ਰਹੇ ਆ ਵੋਕਲ ਪ੍ਰੋਸੈਸਿੰਗ ਤੇ bro ਮੈਂ ਜਰੂਰ ਦੱਸੂਗਾ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਕਿ ਕੀ ਹੋਣਾ ਬਟ ਉਹ ਥੋੜਾ ਜਿਹਾ ਤੁਹਾਨੂੰ ਵੇਟ ਕਰਨੀ ਪਊਗੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਕੁਝ-ਕੀ ਚੀਜ਼ਾਂ ਹੋਰ ਤੁਹਾਨੂੰ ਦੱਸਦਾ ਜਿਹੜੀਆਂ ਤੁਹਾਨੂੰ ਜ਼ਿਆਦਾ ਲੋੜ ਹੈ ਜਿੰਨਾਂ ਦੀ ਉਹ ਜਿਹਦਾ ਦੱਸ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਵੋਕਲ ਪ੍ਰੋਸੈਸਿੰਗ ਤੇ ਜ਼ਰੂਰ ਵੀਡੀਓ ਲੈ ਕੇ ਆਉਂਗਾ ਕਿ ਮੈਂ ਕਿੱਦਾਂ ਵੋਕਲ ਆਪਦੀ ਟ੍ਰੀਟ ਕਰਦਾ ਕਿੱਦਾਂ ਮੈਂ ਉਹਨੂੰ ਕੀ-ਕੁਝ ਇਫੈਕਟਸ ਲਾਉਣਾ ਕੀ-ਕੁਝ ਕਰਦਾ ਹਣਾ ਸਾਰਾ ਕੁਝ ਦੱਸੂਗਾ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਬੈਲ ਆਈਕਨ ਦੀ ਘੰਟੀ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਵੀਡੀਓ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸ਼ੋ ਹੋ ਸਕੇ ਠੀਕ ਹੈ ਤੇ ਵੀਰੇ ਬਸ ਹੋਰ ਤਾਂ ਕੁਝ ਨਹੀਂ ਅ ਇੰਨੀ ਗੱਲ ਹੀ ਕਹਿਣਾ ਚਾਹੂੰਗਾ ਹੋਰ ਵੀ ਬਹੁ ਕਿ ਇਹਨਾਂ ਨਾਲ ਤੁਹਾਨੂੰ ਬਹੁਤ ਫਾਇਦਾ ਹੋ ਜਾਣਾ ਜਿਹੜੇ ਬਿਗিনার ਆ ਪ੍ਰੋਪਰਲੀ ਜਿਹਨਾਂ ਨੂੰ ਹਜੇ ਘੱਟ ਨੋਲਿਜ ਹੈ ਜਿਹਨਾਂ ਕੋਲ ਪਰਚੇਜ਼ ਨਹੀਂ ਕਰ ਸਕਦੇ ਜਿਹੜੇ ਲਾਇਬ੍ਰੇਰੀ ਉਹਨਾਂ ਲਈ ਸਪੈਸ਼ਲੀ ਆ ਠੀਕ ਹੈ ਤੇ ਵੀਰੇ ਲਵ ਯੂ ਐ ਥੈਂਕ ਯੂ ਆ ਪਿਆਰ ਦਿੰਦੇ ਰਹੋ ਸਬਸਕ੍ਰਾਈਬ ਕਰ ਲਓ ਵੀਰੇ ਚੈਨਲ ਨੂੰ ਤੇ ਸ਼ੇਅਰ ਕਰ ਦਿਆ ਕਰੋ ਪਲੀਜ਼ ਵੀਰੇ ਤੁਹਾਡੀ ਸ਼ੇਅਰ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਪਲੀਜ਼ ਸ਼ੇਅਰ ਕਰੋ ਵੱਧ ਤੋਂ ਵੱਧ ਚੈਨਲ ਨੂੰ ਥੈਂਕ ਯੂ ਐ ਵੀਰੇ